ਪਿਆਰੇ ਵਿਦਿਆਰਥੀਓ ਸਾਡਾ ਅੱਜ ਦਾ ਲੈਸਨ ਆ ਆਬਦ ਸਮਦ ਖਾਂ ਜਕਰੀਆ ਖਾਂ ਮੀਰ ਮੰਨੂ ਅਤੇ ਉਹਨਾਂ ਦੇ ਸਿੱਖਾਂ ਨਾਲ ਸੰਬੰਧ ਸਮਾਂ 1713 ਤੋਂ 1753 ਈਸਵੀ ਉਹ ਸਮਾਂ ਜਦੋਂ ਅਸੀਂ ਮੁਗਲਾਂ ਦੇ ਗੁਲਾਮ ਸੀ ਮੁਗਲ ਸਰਕਾਰ ਹਰ ਉਸ ਵਿਅਕਤੀ ਦੀ ਦੁਸ਼ਮਣ ਸੀ ਜੋ ਉਹਨਾਂ ਦੀ ਗੁਲਾਮੀ ਸਹਿਣ ਨਹੀਂ ਸੀ ਕਰਦਾ ਉਹਨਾਂ ਦੇ ਅੱਗੇ ਸਿਰ ਚੁੱਕਦਾ ਸੀ ਜਾ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਲਈ ਕੋ ਖਤਰਾ ਬਣ ਸਕਦਾ ਸੀ ਸਿੱਖ ਕੌਮ ਅਜਹੀ ਕੌਮਾ ਜਿਸਨੇ ਨਾ ਕਦੇ ਝੁਕਣਾ ਸਿੱਖਿਆ ਤੇ ਨਾ ਹੀ ਉਹ ਕਿਸੇ ਨਾਲ ਹੁੰਦਾ ਅਨਿਆ ਸੈਨ ਕਰ ਸਕਦੇ ਨੇ ਇਸ ਲਈ ਸਿੱਖ ਹਮੇਸ਼ਾ ਹੀ ਮੁਗਲ ਸਰਕਾਰ ਦੇ ਨਿਸ਼ਾਨੇ ਤੇ ਰਹੇ 1713 ਤੋਂ 52 ਈਸਵੀ ਤੱਕ ਪੰਜਾਬ ਦੇ ਜਿੰਨੇ ਵੀ ਸੂਬੇਦਾਰ ਲਾਏ ਗਏ ਚਾਹੇ ਉਹ ਆਬਦ ਸਮਦ ਖਾਨ ਸੀ ਜ਼ਕਰੀਆ ਖਾਨ ਸੀ ਯਾਇਆ ਖਾਨ ਸੀ ਮੀਰ ਮੰਨੂ ਸੀ ਉਹਨਾਂ ਨੂੰ ਚੁਣ ਕੇ ਇਸ ਕਰਕੇ ਲਾਇਆ ਗਿਆ ਕਿ ਉਹ ਬਹੁਤ ਜ਼ਾਲਮ ਸੀ ਕਿ ਆਪਣੇ ਜ਼ੁਲਮਾਂ ਦੇ ਨਾਲ ਸਿੱਖ ਕੌਮ ਦਾ ਖਾਤਮਾ ਕਰ ਸਕਣ ਇਸ ਲਈ ਉਹਨਾਂ ਨੇ ਆਪੋ ਆਪਣੇ ਢੰਗ ਨਾਲ ਯਤਨ ਕੀਤੇ ਪਰ ਆਪਣੇ ਯਤਨਾਂ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ ਸਿੱਖਾਂ ਲਈ ਬੜਾ ਔਖਾ ਸਮਾਂ ਸੀ ਉਹਨਾਂ ਨੂੰ ਅਸਹਿ ਤੇ ਅਕਹਿ ਕਸ਼ਟ ਸਹਿਣੇ ਪਏ ਉਹਨਾਂ ਤੇ ਬਹੁਤ ਜ਼ਿਆਦਾ ਜ਼ੁਲਮ ਹੋਈ ਔਖਾ ਸਮਾਂ ਇਸ ਲਈ ਵੀ ਸੀ ਕਿਉਂਕਿ 1716 ਈਸਵੀ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਕੋਲ ਕੋਈ ਯੋਗ ਨੇਤਾ ਨਹੀਂ ਸੀ ਬਚਿਆ ਜੋ ਉਹਨਾਂ ਦੀ ਅਗਵਾਈ ਕਰ ਸਕਦਾ ਸਿੱਖਾਂ ਨੂੰ ਘਰ-ਬਾਰ ਛੱਡਣੇ ਪਏ ਪਹਾੜਾਂ ਤੇ ਜੰਗਲਾਂ ਦੀ ਸ਼ਰਨ ਲੈਣੀ ਪਈ ਪਰ ਜਦੋਂ ਵੀ ਮੌਕਾ ਮਿਲਦਾ ਉਹ ਪਹਾੜਾਂ ਤੇ ਜੰਗਲਾਂ ਦੇ ਵਿੱਚੋਂ ਨਿਕਲਦੇ ਅਤੇ ਜਿੰਨਾ ਹੋ ਸਕਦਾ ਦੁਸ਼ਮਣ ਦਾ ਨੁਕਸਾਨ ਕਰਕੇ ਵਾਪਸ ਚਲੇ ਜਾਂਦੇ ਸਿੱਖਾਂ ਲਈ ਇਹ ਹਨੇਰਮਈ ਯੁੱਗ ਕਿਹਾ ਜਾਂਦਾ ਅਸੀਂ ਇਸ ਲੈਸਨ ਦੇ ਵਿੱਚ ਚਰਚਾ ਕਰਾਂਗੇ ਵੱਖ-ਵੱਖ ਸੂਬੇਦਾਰਾਂ ਦੀ ਕਿ ਉਹਨਾਂ ਨੇ ਸਿੱਖਾਂ ਦੇ ਵਿਰੁੱਧ ਕਿਹੜੀਆਂ-ਕਿਹੜੀਆਂ ਕਾਰਵਾਈਆਂ ਕੀਤੀਆਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਆਪ ਦਾ ਸਮੱਧ ਖਾਂ ਦੀ ਜਿਸ ਨੂੰ 1713 ਦੇ ਵਿੱਚ ਮੁਗਲ ਬਾਦਸ਼ਾਹ ਫਰਖਸ਼ੀਅਰ ਦੁਆਰਾ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਤੇ 1726 ਈਸਵੀ ਤੱਕ ਆਪਣੇ ਅਹੁਦੇ ਤੇ ਰਿਹਾ ਉਸ ਨੂੰ ਲੜਾਈਆਂ ਦਾ ਬੜਾ ਤਜਰਬਾ ਸੀ ਉਹ ਚਕੋਟੀ ਦਾ ਸੈਨਾਪਤੀ ਸੀ ਪੰਜਾਬ ਵਿੱਚ ਉਸ ਨੂੰ ਨਿਯੁਕਤ ਕਰਨ ਦਾ ਉਦੇਸ਼ ਸੀ ਕਿ ਪੰਜਾਬ ਦੇ ਵਿੱਚੋਂ ਸਿੱਖਾਂ ਦੀ ਸ਼ਕਤੀ ਨੂੰ ਖਤਮ ਕਰੇ ਅਬਦ ਸਮਦਖਾਨੇ ਕਾਰਵਾਈਆਂ ਕਰਦੇ ਹੋਏ 1715 ਈਸਵੀ ਵਿੱਚ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ 740 ਹੋਰ ਸਿੱਖਾਂ ਦੇ ਨਾਲ ਗ੍ਰਿਫਤਾਰ ਕੀਤਾ 19 ਜੂਨ 1716 ਈਸਵੀ ਦੇ ਵਿੱਚ ਦਿੱਲੀ ਵਿਖੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਫਰਕਸ਼ਰ ਅਬਦ ਸਮਦ ਖਾਨ ਦੀ ਇਸ ਕਾਰਵਾਈ ਤੋਂ ਬੜਾ ਖੁਸ਼ ਹੋਇਆ ਤੇ ਭਾਰੀ ਇਨਾਮ ਦਿੱਤੇ ਗਏ ਉਸਨੂੰ ਫਰਕਸ਼ਰ ਨੇ ਇਸ ਤੋਂ ਬਾਅਦ ਸਿੱਖਾਂ ਦੇ ਵਿਰੁੱਧ ਦਮਨ ਦੀ ਕਾਰਵਾਈ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ ਉਸਨੇ ਕਿਹਾ ਕਿ ਜੋ ਵੀ ਸਿੱਖ ਤੁਹਾਨੂੰ ਮਿਲੇ ਉਸਨੂੰ ਫੜ ਕੇ ਕਤਲ ਕਰ ਦਿੱਤਾ ਜਾਵੇ ਇਸਲਾਮ ਕਬੂਲ ਕਰਵਾਇਆ ਜਾਵੇ ਜੇ ਇਸਲਾਮ ਕਬੂਲ ਕਰ ਲੈਂਦਾ ਹੈ ਤਾਂ ਉਸਨੂੰ ਛੱਡ ਦਿੱਤਾ ਜਾਵੇ ਸਾਰਿਆਂ ਨੂੰ ਸਿਰ ਦੇ ਵਾਲ ਤੇ ਦਾੜ੍ਹੀ ਨੂੰ ਕਟਵਾਉਣ ਦੇ ਹੁਕਮ ਦਿੱਤੇ ਇਹਨਾਂ ਹੁਕਮਾਂ ਦੀ ਜੋ ਵੀ ਉਲੰਘਣਾ ਕਰੇਗਾ ਉਸ ਨੂੰ ਸਿੱਖ ਸਮਝ ਕੇ ਕਤਲ ਕਰ ਦਿੱਤਾ ਜਾਵੇ ਜੋ ਸਿੱਖਾਂ ਨੂੰ ਸ਼ਰਨ ਦਿੰਦਾ ਸੀ ਉਹਨਾਂ ਨੂੰ ਵੀ ਸਜ਼ਾਵਾ ਦਿੱਤੀਆਂ ਜਾਂਦੀਆਂ ਸੀ ਸਿੱਖਾਂ ਨੂੰ ਗ੍ਰਿਫਤਾਰ ਕਰਵਾਉਣ ਵਾਲਿਆਂ ਨੂੰ ਅਤੇ ਸਿਰ ਵੱਢ ਕੇ ਲਿਹਾਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਂ ਅਬਦੁੱਸ ਸਮਦ ਖਾਨੇ ਫਰਕਸ਼ੀਅਰ ਦੇ ਨਾ ਹੁਕਮਾਂ ਤੇ ਫੁੱਲ ਚੜਾਉਂਦੇ ਹੋਏ ਆਪਣੀਆਂ ਕਾਰਵਾਈਆਂ ਹੋਰ ਤੇਜ਼ ਕਰ ਦਿੱਤੀਆਂ ਸਭ ਨੂੰ ਕਿਹਾ ਕਿ ਤੁਸੀਂ ਦਾੜੀ ਤੇ ਕੇਸ ਕਟਵਾ ਲਓ ਅਸਲਾਮ ਗ੍ਰਹਿਣ ਕਰੋ ਨਾ ਕਰਨ ਵਾਲਿਆਂ ਦੇ ਉੱਪਰ ਜ਼ੁਲਮ ਕੀਤੇ ਜਾਂਦੇ ਅਗ ਸਿੱਖਾਂ ਨੂੰ ਗ੍ਰਿਫਤਾਰ ਕਰਨ ਵਾਲਿਆਂ ਨੂੰ ਜਾਂ ਉਹਨਾਂ ਦਾ ਸਿਰ ਵੱਢ ਕੇ ਲਿਆਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਸਿੱਖਾਂ ਦੇ ਉੱਪਰ ਅਕਹਿ ਜ਼ੁਲਮਾਂ ਜਿਹੜੇ ਉਹ ਸ਼ੁਰੂ ਹੋ ਗਏ ਪਾਰੀਤ ਸਿੰਘਾਂ ਦੇਣ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਇਸ ਲਈ ਸਿੱਖਾਂ ਨੂੰ ਪਹਾੜਾਂ ਤੇ ਜੰਗਲਾਂ ਦੀ ਸ਼ਰਨ ਲੈਣੀ ਪਈ। ਉਸ ਤੋਂ ਬਾਅਦ ਪਿੱਛੇ ਉਹਨਾਂ ਦੇ ਪਰਿਵਾਰ ਵਾਲਿਆਂ ਤੇ ਵੀ ਜ਼ੁਲਮ ਕੀਤੇ ਜਾਂਦੇ। ਭੁੱਖ ਦੇ ਨਾਲ ਜੰਗਲਾਂ ਤੇ ਪਹਾੜਾਂ ਦੇ ਵਿੱਚ ਸਿੱਖਾਂ ਨੂੰ ਘੁਲਣਾ ਪੈਂਦਾ। ਉਹ ਰੁੱਖਾਂ ਦੇ ਪੱਤੇ ਜਾਂ ਛਿਲੜਾਂ ਖਾ ਕੇ ਵੀ ਗੁਜ਼ਾਰਾ ਕਰਦੇ ਰਹੇ। ਅਬਦੁੱਸਮੱਦ ਖਾਨ ਦੀਆਂ ਇੰਨਾਂ ਕਾਰਵਾਈਆਂ ਤੋਂ ਖੁਸ਼ ਹੋ ਕੇ ਉਸ ਨੂੰ ਰਾਜ ਦੀ ਤਲਵਾਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸਿੱਖ ਇੱਕ ਤਾਂ ਅਬਦਲ ਸਮਦ ਖਾਨ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਸੀ ਉਸ ਤੋਂ ਉੱਪਰ ਮਾੜੀ ਗੱਲ ਇਹ ਹੋਈ ਕਿ ਸਿੱਖਾਂ ਦੇ ਵਿੱਚ ਫੁੱਟ ਪੈ ਗਈ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਦੋ ਧੜਿਆਂ ਦੇ ਵਿੱਚ ਵੰਡੇ ਗਏ ਉਹ ਸੀ ਇੱਕ ਤਤ ਖਾਲਸਾ ਤੇ ਇੱਕ ਬੰਦਈ ਖਾਲਸਾ ਤਤ ਖਾਲਸਾ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਧਾਰਮਿਕ ਅਸੂਲਾਂ ਦੇ ਡ੍ਰਿੜ ਸਮਰਥਕ ਸੀ ਤੇ ਬੰਦਈ ਖਾਲਸਾ ਵਾਲੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਅਗੂ ਜਾਂ ਗੁਰੂ ਮੰਨਣ ਲੱਗ ਪਏ ਸੀ ਇੱਕ ਦੂਜੇ ਨੂੰ ਮਿਲਦੇ ਸਮੇਂ ਤਤ ਖਾਲਸਾ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਹਿੰਦੇ ਸੀ ਬੰਦਈ ਖਾਲਸਾ ਵਾਲੇ ਫਤਿਹ ਧਰਮ ਜਾਂ ਫਤਿਹ ਦਰਸ਼ਨ ਕਹਿੰਦੇ ਸੀ ਤਤ ਖਾਲਸਾ ਵਾਲੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਸੀ ਬੰਦਈ ਖਾਲਸਾ ਵਾਲੇ ਇਹ ਲਾਲ ਰੰਗ ਦੇ ਕੱਪੜੇ ਪਾਉਂਦੇ ਸੀ ਇਹਨਾਂ ਵਿੱਚ ਦਿਨੋਂ ਦਿਨ ਮਤਭੇਦ ਵਧਦੇ ਗਏ ਤਤ ਖਾਲਸਾ ਦੇ ਨੇਤਾ ਮਾਤਾ ਸੁੰਦਰੀ ਤੇ ਬਾਬਾ ਵਿਨੋਦ ਤੇ ਭਾਈ ਮਨੀ ਸਿੰਘ ਜੀ ਸਨ ਜਿੰਬੰਦਈ ਖਾਲਸਾ ਦੇ ਨੇਤਾ ਮਹੰਤ ਸਿੰਘ ਸੰਗਤ ਸਿੰਘ ਆਦਿ ਸਨ ਮਤਭੇਦ ਵਧਣ ਦੇ ਕਾਰਨ ਉਹ ਸੰਗਠਿਤ ਹੋ ਕੇ ਅਤਿਆਚਾਰਾਂ ਦਾ ਮੁਕਾਬਲਾ ਨਾ ਕਰ ਸਕੇ ਪਰ ਹੌਲੀ-ਹੌਲੀ ਹਾਲਾਤ ਦੇ ਵਿੱਚ ਤਬਦੀਲੀ ਆਣੀ ਇਹ ਸ਼ੁਰੂ ਹੋ ਗਈ ਕੇਂਦਰ ਵਿੱਚ ਫਰਕਸ਼ੀਅਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਰਾਜ ਗੱਦੀ ਲਈ ਦਿੱਲੀ ਦਰਬਾਰ ਦੇ ਵਿੱਚ ਸੰਘਰਸ਼ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋਇਆ ਤਾਂ ਸਿੱਖਾਂ ਨੇ ਵੀ ਇਸ ਮੌਕੇ ਦਾ ਫਾਇਦਾ ਉਠਾਇਆ ਭਾਈ ਮਨੀ ਸਿੰਘ ਦੇ ਯਤਨਾਂ ਦੇ ਸਦਕਾ 1721 ਈਸਵੀ ਦੇ ਵਿੱਚ ਤਤ ਖਾਲਸਾ ਤੇ ਬੰਦਾਈ ਖਾਲਸਾ ਦੇ ਵਿੱਚ ਸਮਝੌਤਾ ਹੋ ਗਿਆ ਅਬਦੁੱਸ ਸਮਦ ਖਾਨ ਦੀ ਇਸ ਸਫਲਤਾ ਦੇ ਕਾਰਨ ਅਬਦੁੱਸ ਸਮਦ ਖਾਨ ਨੇ ਭਾਵੇਂ ਬਹੁਤ ਕੋਸ਼ਿਸ਼ ਕੀਤੀ ਕਿ ਉਹ ਸਿੱਖਾਂ ਨੂੰ ਖਤਮ ਕਰ ਦੇਵੇ ਅਨੇਕਾਂ ਤਰ੍ਹਾਂ ਦੇ ਉਸ ਨੇ ਜ਼ੁਲਮ ਕੀਤੇ ਪਰ ਉਹ ਸਫਲ ਨਹੀਂ ਹੋ ਸਕਿਆ ਇਸ ਦੇ ਕਈ ਕਾਰਨ ਸੀ ਇੱਕ ਤਾਂ ਸਿੱਖਾਂ ਦੇ ਵਿੱਚ ਏਕਤਾ ਸਥਾਪਿਤ ਹੋ ਗਈ ਸੀ ਤਤ ਖਾਲਸਾ ਤੇ ਬੰਦਈ ਖਾਲਸਾ ਦੇ ਵਿੱਚ ਸਮਝੌਤਾ ਹੋ ਚੁੱਕਿਆ ਸੀ ਸਿੱਖਾਂ ਨੇ ਸੌ ਸੌ ਦੇ ਜੱਥੇ ਬਣਾਏ ਤੇ ਮੁਗਲ ਪ੍ਰਦੇਸ਼ਾਂ 'ਚ ਲੁੱਟਮਾਰ ਕਰਨੀ ਸ਼ੁਰੂ ਕੀਤੀ ਇਹ ਉਹਨਾਂ ਨੇ ਉਹਨਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਸਖਤ ਸਜ਼ਾਾਂਵਾਂ ਦਿੱਤੀਆਂ ਜਿਨ੍ਹਾਂ ਨੇ ਸਿੱਖਾਂ ਨੂੰ ਅਤੇ ਉਹਨਾਂ ਦੀਆਂ ਇਸਤਰੀਆਂ ਤੇ ਬੱਚਿਆਂ ਨੂੰ ਮੁਗਲਾਂ ਦੇ ਹਵਾਲੇ ਜਾਂ ਕੀਤਾ ਸੀ ਆਬਦ ਸਮਦਖਾਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਅਸਲਮ ਖਾਨ ਦੀ ਕੁਝ ਫੌਜ ਅਮਰ ਸਰ ਭੇਜੀ ਉਸ ਦੀ ਸਹਾਇਤਾ ਲਈ ਪੱਟੀ ਦਾ ਚੌਧਰੀ ਦੀਵ ਅਤੇ ਉਸ ਦਾ ਦੀਵਾਨ ਹਰ ਸਹਾਇਵੀ ਪਹੁੰਚੇ ਪਰ ਸਿੱਖਾਂ ਨੇ ਅਚਾਨਕ ਹਮਲਾ ਕਰਕੇ ਉਹਨਾਂ ਨੂੰ ਕਰਾਰੀ ਹਾਰ ਦਿੱਤੀ ਇਸ ਲੜਾਈ 'ਚ ਜਿਹੜਾ ਸੀ ਹਰ ਸਹਾਇ ਮਾਰਿਆ ਗਿਆ ਇਹ ਅਤੇ ਅਸलम ਖਾਨ ਤੇ ਦੀਵ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਗਏ ਇਸ ਤੋਂ ਬਿਨਾ ਜਿਹੜਾ ਸੀ ਸਿੱਖਾਂ ਦੀ ਏਕਤਾ ਤੋਂ ਬਿਨਾ ਜਿਹੜਾ ਦੂਸਰਾ ਕਾਰਨ ਸੀ ਉਹ ਸੀ ਕਿ ਅਬਦ ਅਸਮਦ ਖਾਨ ਦੀ ਉਮਰ ਵਧ ਗਈ ਸੀ ਬੁੱਢਾ ਹੋ ਗਿਆ ਸੀ ਉਹ ਉਸ ਵਿੱਚ ਜਵਾਨੀ ਵਾਲਾ ਜੋਸ਼ ਨਹੀਂ ਸੀ ਰਿਹਾ ਤੇ ਇਸ ਤੋਂ ਬਿਨਾ ਉਹ ਮੁਗਲ ਦਰਬਾਰ ਦੀਆਂ ਮੁਗਲ ਅਧਿਕਾਰੀਆਂ ਦੀਆਂ ਸਾਜ਼ਿਸ਼ਾਂ ਦਾ ਵੀ ਸ਼ਿਕਾਰ ਹੋ ਗਿਆ ਸੀ ਇਸ ਕਾਰਨ 1726 ਈਸਵੀ ਵਿੱਚ ਉਸ ਨੂੰ ਉਹਦੇ ਤੋਂ ਹਟਾ ਦਿੱਤਾ ਗਿਆ ਇਸ ਤਰ੍ਹਾਂ ਉਹ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦੇ ਵਿੱਚ ਅਸਫਲ ਰਿਹਾ। ਜਕਰੀਆ ਖਾਨ 1726 ਈਸਵੀ ਤੋਂ 1745 ਈਸਵੀ ਅਬਦ ਉਸਮਤ ਖਾਨ ਤੋਂ ਬਾਅਦ ਉਸ ਦਾ ਪੁੱਤਰ ਜਕਰੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ। ਆਪਣੇ ਪਿਤਾ ਵਾਂਗ ਹੀ ਉਹ ਬਹੁਤ ਜ਼ਾਲਮ ਤੇ ਨਰਦਈ ਸੀ। ਉਸ ਨੂੰ ਖਾਨ ਬਹਾਦਰ ਦੀ ਉਪਾਧੀ ਨਾਲ ਵੀ ਇਸੇ ਕਰਕੇ ਸਨਮਾਨਿਤ ਕੀਤਾ ਗਿਆ। ਉਹਦੇ ਤੇ ਆਉਂਦੇ ਹੀ ਉਸਨੇ ਸਿੱਖਾਂ ਵਿਰੁੱਧ ਦਮਨਕਾਰੀ ਜਿਹੜੀ ਨੀਤੀ ਸੀ ਅਪਣਾ ਲਈ ਤੇ ਆਪਣੀ ਕਾਰਵਾਈ ਸ਼ੁਰੂ ਕਰ ਲਈ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਉਸਨੇ ਇੱਕ ਵਿਸ਼ੇਸ਼ ਸੈਨਾ ਤਿਆਰ ਕੀਤੀ ਪਿੰਡਾਂ ਦੇ ਮੁਕਦਮਾ ਚੌਧਰੀਆਂ ਤੇ ਜ਼ਿਮੀਦਾਰਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਉਹ ਕਿਸੇ ਸਿੱਖ ਨੂੰ ਸ਼ਰਨ ਨਾ ਦੇਣ ਜੇ ਕੋਈ ਸਿੱਖਾਂ ਨੂੰ ਸ਼ਰਨ ਦਿੰਦਾ ਹੈ ਤਾਂ ਇਸ ਦੀ ਸੂਚਨਾ ਫੌਰਨ ਸਰਕਾਰ ਨੂੰ ਦਿੱਤੀ ਜਾਵੇ ਉਸਨੇ ਫਰਮਾਨ ਜਾਰੀ ਕਰਕੇ ਨੇ ਐਲਾਨ ਕੀਤਾ ਕਿ ਸਿੱਖ ਦੀ ਸੂਚਨਾ ਦੇਣ ਵਾਲੇ ਨੂੰ 10 ਰੁਪਏ ਗ੍ਰਿਫਤਾਰ ਕਰਵਾਉਣ ਵਾਲੇ ਨੂੰ 25 ਰੁਪਏ ਸਿਰ ਵੱਢਣ ਵਾਲੇ ਨੂੰ 100 ਰੁਪਏ ਅਤੇ ਗ੍ਰਿਫਤਾਰ ਕਰਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ 50 ਰੁਪਏ ਇਨਾਮ ਦਿੱਤਾ ਜਾਵੇਗਾ ਜਕਰੀਆ ਖਾਨ ਦੇ ਇਨ੍ਹਾਂ ਕਦਮਾਂ ਨਾਲ ਸਿੱਖਾਂ ਤੇ ਮੌੜ ਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ ਰੋਜ਼ਾਨਾ ਹੀ ਲਾਹੌਰ ਦੇ ਦਿੱਲੀ ਗੇਟ ਵਿਖੇ ਨਕਸਨਾ ਦੇ ਸਥਾਨ ਤੇ ਸੈਂਕੜੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਿਆ ਇਸ ਕਰਕੇ ਇਸ ਦਾ ਨਾਂ ਵੀ ਇਸ ਜਗ੍ਹਾ ਦਾ ਨਾਂ ਸ਼ਹੀਦਗੰਜ ਪੈ ਗਿਆ ਇਹਨਾਂ ਕਾਰਵਾਈਆਂ ਕਾਰਨ ਸਿੱਖਾਂ ਨੂੰ ਮੁੜ ਜੰਗਲਾਂ ਦੀ ਸ਼ਰਨ ਲੈਣੀ ਪਈ ਭਾਈ ਤਾਰਾ ਸਿੰਘ ਜੀ ਦੀ ਬਾਂਦੀ ਸ਼ਹੀਦੀ ਭਾਈ ਤਾਰਾ ਸਿੰਘ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਂ ਪਿੰਡ ਦੇ ਰਹਿਣ ਵਾਲੇ ਸੀ ਸਿੱਖ ਪੰਥ ਦੀ ਸੇਵਾ ਕਰਨ ਦੇ ਕਾਰਨ ਤੇ ਉਹ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਵਿੱਚ ਭਾਗ ਲੈਣ ਦੇ ਕਾਰਨ ਉਹ ਲੋਕਾਂ ਵਿੱਚ ਬੜੇ ਹਰਮਨ ਪਿਆਰੇ ਸੀ ਖੇਤੀਬਾੜੀ ਦਾ ਧੰਦਾ ਕਰਦੇ ਸੀ ਨਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਕਿਸਾਨਾਂ ਦੇ ਖੇਤਾਂ ਦੇ ਵਿੱਚ ਆਪਣੇ ਘੋੜੇ ਘੂੜੀਆਂ ਨੂੰ ਛੱਡ ਦਿੰਦਾ ਸੀ ਚਰਨ ਦੇ ਲਈ ਜੇ ਕੋਈ ਉਸ ਨੂੰ ਕੁਝ ਕਹਿੰਦਾ ਸੀ ਤਾਂ ਅੱਗੋਂ ਗਾਲਾਂ ਕੱਢਦਾ ਇੱਕ ਦਿਨ ਭਾਈ ਤਾਰਾ ਸਿੰਘ ਬਾਣੇ ਤੰਗ ਆ ਕੇ ਉਸ ਦੀ ਇੱਕ ਘੋੜੀ ਫੜ ਲਈ ਤੇ ਉਸ ਨੂੰ ਵੇਚ ਦਿੱਤਾ ਉਸ ਤੋਂ ਜੋ ਰਕਮ ਪ੍ਰਾਪਤ ਹੋਈ ਉਹ ਲੰਗਰ ਲਾ ਦਿੱਤਾ ਜਦੋਂ ਸਾਹਿਬ ਰਾਈ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੂੰ ਬੜਾ ਗੁੱਸਾ ਆਇਆ ਤੇ ਉਸ ਨੇ ਜਕਰੀਆ ਖਾਨ ਤੋਂ ਮਦਦ ਮੰਗੀ ਜਕਰੀਆ ਖਾਨ ਨੇ ਮੋਮਨ ਖਾਨ ਆਦੀਨ 2200 ਘੋੜਸਵਾਰ ਕਾਰਵਾਈ ਕਰਨ ਲਈ ਭੇਜੇ ਤਾਰਾ ਸਿੰਘ ਜੀ ਦੇ ਨਾਲ 22 ਸਾਥੀ ਸੀ ਸਾਰੀ ਰਾਤ ਮੁਕਾਬਲਾ ਹੁੰਦਾ ਰਿਹਾ ਸਵੇਰ ਹੋਣ ਤੇ ਪਤਾ ਚੱਲਿਆ ਕਿ ਅਸਲ ਵਿੱਚ ਸਿੱਖਾਂ ਦੀ ਗਿਣਤੀ 22 ਹੀ ਸੀ ਉਹ 22 ਸਿੱਖ ਲੜਦੇ ਹੋਏ ਬਹਾਦਰੀ ਦੇ ਨਾਲ ਲੜਦੇ ਹੋਏ ਸ਼ਹੀਦ ਹੋਏ ਆਪਣੇ ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੇ 300 ਮੁਗਲਾਂ ਨੂੰ ਕਤਲ ਕਰ ਦਿੱਤਾ ਸੀ 1726 ਈਸਵੀ ਦੇ ਵਿੱਚ ਇਹ ਘਟਨਾ ਵਾਪਰੀ ਸਿੱਖਾਂ ਦੀਆਂ ਜਵਾਬੀ ਕਾਰਵਾਈਆਂ ਭਾਈ ਤਾਰਾ ਸਿੰਘ ਜੀ ਵਾ ਅਤੇ ਸਾਥੀਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਾਰੇ ਪੰਜਾਬ ਦੇ ਸਿੱਖਾਂ ਦੇ ਵਿੱਚ ਜਿਹੜਾ ਗੁੱਸਾ ਭਰ ਗਿਆ ਜੰਗਲਾਂ ਪਹਾੜਾਂ ਦੇ ਵਿੱਚ ਛਿਪੇ ਹੋਏ ਸਿੱਖ ਮੁਢ ਅਤਿਆਚਾਰੀ ਸ਼ਾਸਨ ਦਾ ਅੰਤ ਕਰਨ ਲਈ ਉਹਨਾਂ ਦੇ ਮਨ ਦੇ ਵਿੱਚ ਇੱਕ ਜਜ਼ਬਾ ਭਰ ਗਿਆ ਤੇ ਜਥੇ ਬਣਾ ਕੇ ਉਹਨਾਂ ਨੇ ਗੋਰੀਲਾ ਜੁੱਧ ਪ੍ਰਣਾਲੀ ਰਹੀ ਛਾਪੇ ਮਾਰ ਢੰਗ ਨਾਲ ਖਜ਼ਾਨਿਆਂ ਨੂੰ ਲੁੱਟਣਾ ਸ਼ੁਰੂ ਕੀਤਾ ਕਈ ਥਾਂ ਤੇ ਹਮਲੇ ਕਰਕੇ ਜਿਹੜੇ ਮੁਖਬਰ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਇਹਨਾਂ ਕਾਰਵਾਈਆਂ ਨੇ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਜਦੋਂ ਜਕਰੀਆ ਖਾਨ ਨੂੰ ਇਹਨਾਂ ਕਾਰਵਾਈਆਂ ਦਾ ਪਤਾ ਲੱਗਿਆ ਤੋ ਆਪਣੇ ਸੈਨਿਕਾਂ ਨੂੰ ਉਸ ਨੇ ਇਸ ਲਈ ਭੇਜਿਆ ਪਰ ਜਦੋਂ ਵੀ ਉਹ ਸੈਨਿਕ ਭੇਜਦਾ ਤਾਂ ਸਿੱਖ ਛੱਟ ਆਪਣੀ ਕਾਰਵਾਈ ਕਰਕੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਜਾ ਕੇ ਛਿਪ ਜਾਂਦੇ ਹੈਦਰੀ ਝੰਡੇ ਦੀ ਘਟਨਾ ਜਕਰੀਆ ਖਾਨ ਸਿੱਖਾਂ ਦੀਆਂ ਦਿਨੋ ਦਿਨ ਵੱਧ ਰਹੀਆਂ ਕਾਰਵਾਈਆਂ ਤੋਂ ਪਰੇਸ਼ਾਨ ਸੀ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਖਤਮ ਕੀਤਾ ਜਾਵੇ ਇਸ ਲਈ ਉਸ ਨੇ ਜਹਾਦ ਦਾ ਨਾਰਾ ਦਿੱਤਾ ਜ jihad ਦਾ ਮਤਲਬ ਹੁੰਦਾ ਬੇਟਾ ਕਿ ਧਰਮ ਦੇ ਨਾਂ ਤੇ ਜੁੱਧ ਲੜਨ ਲਈ ਪ੍ਰੇਰਿਤ ਕਰਨਾ ਸਿੱਟੇ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਇਸ ਝੰਡੇ ਦੇ ਹੇਠ ਇੱਥੇ ਇਕੱਠੇ ਹੋਏ ਇਸ ਸੈਨਾ ਦੀ ਕਮਾਂਡ ਮੀਰ ਅਨਾਇਤ ਉੱਲਾ ਖਾਨ ਨੂੰ ਇਹ ਸੌਂਪੀ ਗਈ Eid ਦੇ ਦਿਨ ਉਸ ਨੂੰ ਇੱਕ ਹੈਦਰੀ ਝੰਡਾ ਦਿੱਤਾ ਗਿਆ ਤੇ ਐਲਾਨ ਕੀਤਾ ਗਿਆ ਕਿ ਜੋ ਇਸ ਝੰਡੇ ਅਧੀਨ ਆ ਕੇ ਲੜੇਗਾ ਅੱਲਾ ਉਸ ਨੂੰ ਜ਼ਰੂਰ ਫਤਿਹ ਦੇਵੇਗਾ ਜਦੋਂ ਇਹ ਖਬਰ ਸਿੱਖਾਂ ਤੱਕ ਜੰਗਲਾਂ ਪਹਾੜਾਂ ਦੇ ਵਿੱਚ ਪਹੁੰਚੀ ਤਾਂ ਇੱਕ ਦਿਨ ਅਚਾਨਕ 7000 ਸਿੱਖਾਂ ਨੇ ਇੰਨਾ ਇਕੱਠੇ ਹੋਏ ਗਾਜ਼ੀਆਂ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਭਿਆਨਕ ਤਬਾਹੀ ਮਚਾਈ ਹਜ਼ਾਰਾਂ ਗਾਜ਼ੀਆਂ ਨੂੰ ਕਤਲ ਕਰ ਦਿੱਤਾ ਤੇ ਉਹਨਾਂ ਦਾ ਸਮਾਨ ਵੀ ਲੁੱਟ ਕੇ ਲੈ ਗਏ ਇਸ ਘਟਨਾ ਦੇ ਨਾਲ ਸਰਕਾਰ ਦੇ ਗੌਰਵ ਨੂੰ ਹੋਰ ਵੀ ਛੱਟ ਵੱਜੀ ਪਰ ਸਿੱਖਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਜਕਰੀਆ ਖਾਨ ਨਾਲ ਸਮਝੌਤਾ ਫਣ ਜਕਰੀਆ ਖਾਨ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਸਿੱਖਾਂ ਦੇ ਨਾਲ ਮੁਕਾਬਲਾ ਕਰਨਾ ਕੋਈ ਬਹੁਤ ਸੌਖਾ ਕੰਮ ਨਹੀਂ ਆ ਸਿੱਖਾਂ ਨੂੰ ਖਤਮ ਕਰਨਾ ਕੋਈ ਆਸਾਨ ਕੰਮ ਨਹੀਂ ਆ ਇਸ ਲਈ ਉਸਨੇ ਸਿੱਖਾਂ ਨੂੰ ਖੁਸ਼ ਕਰਨ ਦੀ ਨੀਤੀ ਅਪਣਾਈ 1733 ਈਸਵੀ ਦੇ ਵਿੱਚ ਉਸਨੇ ਸੁਬੇਗ ਸੰਗ ਨਾਂ ਦੇ ਇੱਕ ਵਿਅਕਤੀ ਦੇ ਹੱਥ ਸੰਦੇਸ਼ ਭੇਜਿਆ ਇਹ ਕਿ ਉਹ ਸਿੱਖਾਂ ਨਾਲ ਸੁਲ੍ਹਾ ਕਰਨੀ ਚਾਹੁੰਦਾ ਜੇਕਰ ਸਿੱਖ ਵਿਰੋਧੀ ਕਾਰਵਾਈਆਂ ਛੱਡ ਦੇਣ ਤਾਂ ਉਹ 1 ਲੱਖ ਸਾਲਾਨਾ ਆਮਦਨ ਵਾਲੀ ਜ਼ਗੀਰ ਅਤੇ ਉਹਨਾਂ ਦੇ ਇੱਕ ਆਗੂ ਨੂੰ ਨਵਾਬ ਦਾ ਅਹੁਦਾ ਦੇਵੇਗਾ ਪਹਿਲਾਂ ਤਾਂ ਸਿੱਖ ਇਸ ਲਈ ਤਿਆਰ ਨਹੀਂ ਹੋਏ ਪਰ ਬਾਅਦ ਵਿੱਚ ਉਹਨਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਤੇ ਸਿੱਖਾਂ ਨੂੰ ਇਸ ਬਦਲੇ ਇੱਕ ਜ਼ਗੀਰ ਤੇ ਖਿਤਾਬ ਦਿੱਤਾ ਗਿਆ ਜੋ ਸਿੱਖਾਂ ਨੇ ਆ ਕਪੂਰ ਸਿੰਘ ਫੈਜ਼ਲਪੁਰਿਆ ਨੂੰ ਦਵਾਇਆ ਜਿਨ੍ਹਾਂ ਨੂੰ ਹੁਣ ਅਸੀਂ ਨਵਾਬ ਕਪੂਰ ਸਿੰਘ ਦੇ ਨਾਮ ਨਾਲ ਯਾਦ ਕਰਦੇ ਹਾਂ ਬੁੱਢਾ ਦਲ ਅਤੇ ਤਰੁਣਾ ਦਲ 1734 ਜਕਰੀਆ ਖਾਨ ਨਾਲ ਸਮਝੌਤਾ ਹੋ ਜਾਣ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਸੰਗਠਿਤ ਕਰਨ ਦੀ ਗੱਲ ਸੋਚੀ ਇਸ ਲਈ ਉਹਨਾਂ ਨੇ ਬੁੱਢਾ ਦਲ ਤੇ ਤਰੁਣਾ ਦਲ ਦਾ ਸੰਗਠਨ ਕੀਤਾ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਸਨੇਹਾ ਭੇਜਿਆ ਕਿ ਉਹ ਜੰਗਲਾਂ ਅਤੇ ਪਹਾੜਾਂ ਨੂੰ ਛੱਡ ਕੇ ਆਪਣੇ ਘਰਾਂ ਨੂੰ ਵਾਪਸ ਆ ਜਾਣ ਇਸ ਤਰ੍ਹਾਂ ਪਿਛਲੇ ਦੋ ਦਹਾਕਿਆਂ ਤੋਂ ਮੁਗਲਾਂ ਅਤੇ ਸਿੱਖਾਂ ਵਿਚਾਲੇ ਚੱਲੇ ਆ ਰਹੇ ਸੰਘਰਸ਼ ਦਾ ਅੰਤ ਹੋਇਆ ਅਤੇ ਸਿੱਖਾਂ ਨੂੰ ਕੁਝ ਰਾਹਤ ਮਿਲੀ 1734 ਈਸਵੀ ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਹਨਾਂ ਨੂੰ ਦੋ ਜਥਿਆਂ ਵਿੱਚ ਸੰਗਠਿਤ ਕੀਤਾ ਇੱਕ ਜਥਾ ਸੀ ਬੁੱਢਾ ਦਲ ਤੇ ਦੂਸਰਾ ਤਰੁਣਾ ਦਲ ਬੁੱਢਾ ਦਲ ਵਿੱਚ 40 ਸਾਲ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਉਸ ਤੋਂ ਘੱਟ ਉਮਰ ਦੇ ਸਿੱਖਾਂ ਨੂੰ ਤਰੁਣਾ ਦਲ ਦੇ ਵਿੱਚ ਸ਼ਾਮਲ ਕੀਤਾ ਗਿਆ ਤਰੁਣਾ ਦਲ ਨੂੰ ਅੱਗੇ 5 ਜਥਿਆਂ ਵਿੱਚ ਵੰਡਿਆ ਹਰੇਕ ਜਥੇ ਵਿੱਚ 1300 ਤੋਂ ਲੈ ਕੇ 2000 ਤੱਕ ਸਿੱਖ ਸਨ ਅਤੇ ਹਰੇਕ ਜਥੇ ਦਾ ਆਪਣਾ ਇੱਕ ਵੱਖਰਾ ਨੇਤਾ ਤੇ ਝੰਡਾ ਸੀ ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਦਾ ਸੀ ਜਦੋਂ ਕਿ ਤਰੁਣਾ ਦਲ ਦਾ ਕੰਮ ਦੁਸ਼ਮਣ ਨਾਲ ਮੁਕਾਬਲਾ ਕਰਨਾ ਸੀ ਇਨਾਂ ਦਲਾਨੇ ਭਵਿੱਖ ਦੇ ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮੁਗਲਾਂ ਅਤੇ ਸਿੱਖਾਂ ਵਿਚਾਲੇ ਦੁਬਾਰਾ ਸੰਘਰਸ਼ ਦਾ ਹੋਣਾ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਸਿੱਖਾਂ ਨੇ ਆਪਣੇ ਦੁਬਾਰਾ ਤੋਂ ਪੈਰ ਜਮਾਉਣੇ ਸ਼ੁਰੂ ਕੀਤੇ। ਇਸ ਇਰਾਦੇ ਨਾਲ ਉਹਨਾਂ ਨੇ ਸ਼ਾਹੀ ਖਜ਼ਾਨਿਆਂ ਨੂੰ ਲੁੱਟਣਾ ਸ਼ੁਰੂ ਕੀਤਾ। ਜਿਸ ਤੋਂ ਜਕਰੀਆ ਖਾਨ ਗੁੱਸੇ ਦੇ ਵਿੱਚ ਆ ਗਿਆ। ਉਸਨੇ 1735 ਈਸਵੀ ਵਿੱਚ ਸਿੱਖਾਂ ਨੂੰ ਦਿੱਤੀ ਹੋਈ ਜ਼ਗੀਰ ਮੜ ਤੋਂ ਜ਼ਬਤ ਕਰ ਲਈ ਉਸਨੇ ਦੁਬਾਰਾ ਤੋਂ ਫਿਰ ਆਪਣੀ ਕਾਰਵਾਈ ਸ਼ੁਰੂ ਕੀਤੀ ਉਸਨੇ ਸਿੱਖਾਂ ਨੂੰ ਗ੍ਰਿਫਤਾਰ ਕਰਵਾਉਣ ਤੇ ਮਾਰਨ ਲਈ ਮੜ ਅਨਾਮਾ ਦੀ ਘੋਸ਼ਣਾ ਕੀਤੀ ਲੋਕਾਂ ਨੂੰ ਸਿੱਖਾਂ ਦੇ ਘਰ ਲੁੱਟਣ ਦੀ ਖੁੱਲ੍ਹ ਦਿੱਤੀ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਸਰਕਾਰ ਦੀ ਇਹਨਾਂ ਅਤਿਆਚਾਰਾਂ ਦੇ ਬਾਵਜੂਦ ਸਿੱਖ ਚਟਾਨ ਵਾਂਗ ਅਡੋਲ ਰਹੇ ਜਕਰੀਆ ਖਾਨ ਨੇ ਦੀਵਾਨ ਲਖਪਤ ਤਰਾਏ ਆਦੀਨ 7000 ਸੈਨਿਕਾਂ ਨੂੰ ਕੁਚਲਣ ਲਈ ਅੰਮ੍ਰਿਤਸਰ ਭੇਜਿਆ ਉਹਨਾਂ ਨੇ ਉੱਥੇ ਅਚਾਨਕ ਸਿੱਖਾਂ ਉੱਤੇ ਹਮਲਾ ਕਰ ਦਿੱਤਾ ਪਰ ਸਿੱਖ ਬੜੀ ਬਹਾਦਰੀ ਨਾਲ ਲੜੇ ਜਿਸ ਵਿੱਚ ਸਿੱਖਾਂ ਦੀ ਬਹਾਦਰੀ ਦੇ ਕਾਰਨ ਮੁਗਲ ਫੌਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਨਾਲ ਸਿੱਖਾਂ ਦਾ ਉਤਸ਼ਾਹ ਹੋਰ ਵਧ ਗਿਆ ਇਸ ਲੜਾਈ ਤੋਂ ਬਾਅਦ ਉਹ ਫਿਰ ਮੋੜ ਜੰਗਲ ਵੱਲ ਚਲੇ ਗਏ ਇਸ ਮੌਕੇ ਦਾ ਫਾਇਦਾ ਉਠਾ ਕੇ ਮੁਗਲਾ ਨੇ ਹਰਿਮੰਦਰ ਸਾਹਿਬ ਉੱਤੇ ਕਬਜ਼ਾ ਕਰ ਲਿਆ ਇਸ ਤੋਂ ਅੱਗੇ ਆ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਭਾਈ ਮਨੀ ਸਿੰਘ ਜੀ ਦਾ ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਹੈ ਉਹ 1721 ਤੋਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਚੱਲੇ ਆ ਰਹੇ ਸਨ ਹਰਿਮੰਦਰ ਸਾਹਿਬ ਉੱਪਰ ਜ਼ਕਰੀਆ ਖਾਨ ਦਾ ਕਬਜ਼ਾ ਸੀ ਇਸ ਲਈ ਉਸ ਨੇ ਸੈਨਿਕ ਚੌਂਕੀਆਂ ਸਥਾਪਿਤ ਕਰ ਦਿੱਤੀਆਂ ਸਨ ਤਾਂ ਕਿ ਕੋਈ ਹਰਮੰਦਰ ਸਾਹਿਬ ਜਾ ਨਾ ਸਕੇ ਇਸ ਲਈ ਸੰਗਤ ਬਹੁਤ ਨਿਰਾਸ਼ ਸੀ 1738 ਈਸਵੀ ਵਿੱਚ ਭਾਈ ਮਨੀ ਸਿੰਘ ਨੇ ਜਕਰੀਆ ਖਾਨ ਨੂੰ ਬੇਨਤੀ ਕੀਤੀ ਕਿ ਉਹ ਸਿੱਖਾਂ ਨੂੰ ਦੀਵਾਲੀ ਮੌਕੇ ਹਰਮੰਦਰ ਸਾਹਿਬ ਆਉਣ ਦੀ ਇਜਾਜ਼ਤ ਦੇ ਦੇਵੇ ਤਾਂ ਉਹਨਾਂ ਨੂੰ 5000 ਰੁਪਏ ਭੇਟ ਕਰਨਗੇ ਜਕਰੀਆ ਖਾਨ ਨੇ ਇਹ ਪੇਸ਼ਕਸ਼ ਫੌਰਨ ਸਵੀਕਾਰ ਕਰ ਲਈ ਅਸਲ ਵਿੱਚ ਉਸ ਦੇ ਦਿਮਾਗ ਦੇ ਵਿੱਚ ਇੱਕ ਯੋਜਨਾ ਸੀ ਕਿ ਸਿੱਖ ਜਦੋਂ ਹਰਮੰਦਰ ਸਾਹਿਬ ਇਕੱਠੇ ਹੋਣਗੇ ਦੀਵਾਲੀ ਦੇ ਮੌਕੇ ਤੇ ਤਾਂ ਉਹ ਅਚਾਨਕ ਹਮਲਾ ਕਰਕੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਖਤਮ ਕਰੇਗਾ ਸਿੱਖ ਇਸ ਯੋਜਨਾ ਤੋਂ ਬੇਖਬਰ ਸਨ ਇਸ ਲਈ ਹਲੇ ਸਿੱਖ ਅਮਰ ਸਰ ਵਿੱਚ ਇਕੱਠੇ ਹੋ ਹੀ ਰਹੇ ਸਨ ਕੇ ਜਕਰੀਆ ਖਾਨ ਦੇ ਸੈਨਿਕਾਂ ਨੇ ਹਮਲਾ ਕਰ ਦਿੱਤਾ ਤੇ ਬਹੁਤ ਸਾਰੇ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸਿੱਟੇ ਵਜੋਂ ਹਰਮੰਦਰ ਸਾਹਿਬ ਵਿੱਚ ਦੀਵਾਲੀ ਦਾ ਮੇਲਾ ਨਾ ਲੱਗ ਸਕਿਆ ਇਸ ਤੋਂ ਬਾਅਦ ਜਕਰੀਆ ਖਾਨ ਨੇ ਭਾਈ ਮਨੀ ਸਿੰਘ ਤੋਂ ਕੀਤੇ ਵਾਅਦੇ ਮੁਤਾਬਕ 5000 ਰੁਪਏ ਦੀ ਮੰਗ ਕੀਤੀ ਜਿਸ ਤੋਂ ਭਾਈ ਮਨੀ ਸਿੰਘ ਨੇ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਸਰਕਾਰ ਨੇ ਸਿੱਖਾਂ ਨੂੰ ਹਰਮੰਦਰ ਸਾਹਿਬ ਨਹੀਂ ਆਉਣ ਦਿੱਤਾ ਸੀ ਇਸ ਕਾਰਨ ਉਹ ਪੈਸਾ ਦੇਣ ਤੋਂ ਅਸਮਰੱਥ ਸਨ ਅਤੇ ਪੈਸੇ ਦੇਣ ਦਾ ਮਤਲਬ ਵੀ ਨਹੀਂ ਸੀ ਬਣਦਾ। ਉਹਨਾਂ ਨੇ ਸਰਕਾਰ ਨੂੰ ਇਹ ਪੈਸਾ ਸਿੱਖਾਂ ਵੱਲੋਂ ਆਏ ਚੜਾਵੇ ਵਿੱਚੋਂ ਹੀ ਦੇਣਾ ਸੀ। ਸਰਕਾਰ ਨੇ ਇਸ ਦੋਸ਼ ਅਧੀਨ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਲਾਹੌਰ ਭੇਜ ਦਿੱਤਾ। ਭਾਈ ਮਨੀ ਸਿੰਘ ਨੂੰ ਇਸਲਾਮ ਗ੍ਰਹਿਣ ਕਰਨ ਲਈ ਕਿਹਾ ਗਿਆ ਲਾਲਚ ਦਿੱਤੇ ਗਏ। ਪਰ ਉਹਨਾਂ ਦੇ ਇਨਕਾਰ ਕਰਨ ਤੇ ਉਹਨਾਂ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਾਲ ਸਿੱਖਾਂ ਵਿੱਚ ਗੁੱਸਾ ਭਰ ਗਿਆ ਤੇ ਇੱਕ ਨਵੀਂ ਰੂਹ ਵੀ ਫੂਕੀ ਗਈ ਇਸ ਤਰ੍ਹਾਂ ਭਾਈ ਮਨੀ ਸਿੰਘ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਇੱਕ ਖਾਸ ਮਹੱਤਵ ਰੱਖਦੀ ਹੈ ਸਿੱਖਾਂ ਦਾ ਨਾਦਰਸ਼ਾ ਨੂੰ ਲੁੱਟਣਾ ਸਿੱਖ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਗੁੱਸੇ ਨਾਲ ਭਰੇ ਹੋਏ ਸਨ 1739 ਈਸਵੀ ਵਿੱਚ ਨਾਦਰ ਸ਼ਾਹ ਨਿਰਭਰਤੇ ਹਮਲਾ ਕੀਤਾ ਉਹ ਦਿੱਲੀ ਵਿੱਚ ਉਸਨੇ ਭਾਰੀ ਲੁੱਟਮਾਰ ਕੀਤੀ ਤੇ ਪੰਜਾਬ ਵਿੱਚੋਂ ਹੁੰਦਾ ਹੋਇਆ ਵਾਪਸ ਈਰਾਨ ਜਾ ਰਿਹਾ ਸੀ ਜਦੋਂ ਸਿੱਖਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਅਚਾਨਕ ਹਮਲਾ ਕਰਕੇ ਉਸ ਦਾ ਬਹੁਤ ਸਾਰਾ ਖਜ਼ਾਨਾ ਲੁੱਟ ਲਿਆ ਨਾਦਰ ਸ਼ਾਹ ਜੋ ਇੱਕ ਬਹੁਤ ਜ਼ਾਲਮ ਬਾਦਸ਼ਾਹ ਸੀ ਅਤੇ ਜਿਸ ਦੇ ਨਾਂ ਤੋਂ ਹੀ ਦੁਸ਼ਮਣ थरथਰ ਕੰਬਦੇ ਸੀ ਉਹ ਸਿੱਖਾਂ ਦੇ ਹਮਲੇ ਤੋਂ ਬੜਾ ਹੈਰਾਨ ਹੋਇਆ 나ਦਰ ਸ਼ਾਹ ਨੇ ਜਕਰੀਆ ਖਾਨ ਤੋਂ ਪੁੱਛਿਆ ਕਿ ਇਹ ਲੋਕ ਕੌਣ ਹਨ ਤਾਂ ਜਕਰੀਆ ਖਾਨ ਨੇ ਜਦੋਂ ਸਿੱਖਾਂ ਬਾਰੇ ਦੱਸਿਆ ਤਾਂ 나ਦਰ ਸ਼ਾਹ ਨੇ ਜਕਰੀਆ ਖਾਨ ਨੂੰ ਚੇਤਾਵਨੀ ਦਿੱਤੀ ਕਿ ਯਾਦ ਰੱਖੀ ਇੱਕ ਦਿਨ ਇਹ ਲੋਕ ਪੰਜਾਬ ਦੇ ਸ਼ਾਸਕ ਬਣਨਗੇ 나ਦਰ ਸ਼ਾਹ ਦੀ ਇਹ ਭਵਿੱਖਬਾਣੀ ਸੱਚੀ ਸਿੱਧ ਹੋਈ ਇਸ ਤੋਂ ਅੱਗੇ ਜਕਰੀਆ ਖਾਨ ਦੁਆਰਾ ਸਿੱਖਾਂ ਵਿਰੁੱਧ ਸਖਤ ਕਾਰਵਾਈਆਂ 나ਦਰ ਸ਼ਾਹ ਦੀ ਦਿੱਤੀ ਚੇਤਾਵਨੀ ਜਕਰੀਆ ਖਾਨ ਦੇ ਮਨ ਵਿੱਚ ਘਰ ਕਰ ਗਈ ਉਸ ਨੂੰ ਡਰ ਪੈਦਾ ਹੋ ਗਿਆ ਕਿ 나ਦਰ ਸ਼ਾਹ ਦੀ ਕਹੀ ਹੋਈ ਗੱਲ ਸੱਚੀ ਨਾ ਹੋ ਜਾਵੇ ਉਸ ਨੇ ਸਿੱਖਾਂ ਦਾ ਮਲਿਆ ਮੇਟ ਕਰਨ ਦਾ ਪੱਕਾ ਨਿਰਣਾ ਕਰ ਲਿਆ ਇਸ ਉਦੇਸ਼ ਦੀ ਪੂਰਤੀ ਲਈ ਉਸ ਨੇ ਅਨੇਕਾਂ ਕਦਮ ਚੁੱਕੇ ਸਿੱਖਾਂ ਬਾਰੇ ਸੂਹ ਦੇਣ ਗ੍ਰਿਫਤਾਰ ਕਰਵਾਉਣ ਤੇ ਸਿਰ ਵੱਢ ਕੇ ਲਿਆਉਣ ਵਾਲਿਆਂ ਲਈ ਮੌੜ ਕਈ ਕਿਸਮ ਦੇ ਨਾਮਾਦੀ ਕੋਸ਼ਨਾ ਕੀਤੀ ਸਿੱਖਾਂ ਦੇ ਡੱਲੇਵਾਲ ਵਿੱਚ ਨਿਰਮਾਣ ਕੀਤੇ ਗਏ ਕਿਲੇ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਸਾਨਕ ਕਰਮਚਾਰੀਆਂ ਨੂੰ ਸਖਤ ਹੁਕਮ ਦਿੱਤੇ ਗਏ ਕਿ ਆਪਣੇ ਅਧੀਨ ਆਉਂਦੇ ਇਲਾਕਿਆਂ ਵਿੱਚ ਸਿੱਖਾਂ ਨੂੰ ਆਸਰਾ ਨਾ ਦੇਣ ਸਿੱਖਾਂ ਨੂੰ ਇੱਕ ਵਾਰੀ ਫਿਰ ਰੋਜ਼ਾਨਾ ਬੜੇ ਜ਼ਾਲਮਾਨਾ ਟੰਗ ਦੇ ਨਾਲ ਸ਼ਹੀਦ ਕੀਤਾ ਜਾਣ ਲੱਗਿਆ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਦੀ ਸ਼ਹੀਦੀ ਜਕਰੀਆਂ ਖਾਣੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ ਸੀ ਇਸ ਲਈ ਉਹ ਹੰਕਾਰ ਦੇ ਵਿੱਚ ਆ ਗਿਆ ਤੇ ਉਸ ਨੇ ਐਲਾਨ ਕਰ ਦਿੱਤਾ ਕਿ ਉਸ ਨੇ ਸਿੱਖਾਂ ਨੂੰ ਖਤਮ ਕਰ ਦਿੱਤਾ ਹੈ ਆਪਣੀ ਹੋਂਦ ਦਰਸਾਉਣ ਲਈ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਉਹਨਾਂ ਨੇ ਸਰਾਏ ਨੂਰਦین ਵਿਖੇ ਇੱਕ ਚੌਂਕੀ ਕਾਇਮ ਕੀਤੀ ਅਤੇ ਉੱਥੋਂ ਲੰਘਣ ਵਾਲੇ ਹਰ ਬੈਲ ਗੱਡੀ ਤੋਂ ਇੱਕ ਕਾਨਾ ਤੇ ਹਰ ਖੁੱਤੇ ਵਾਲੇ ਤੋਂ ਇੱਕ ਪੈਸਾ ਚੁੰਗੀ ਕਰ ਲੈਣਾ ਸ਼ੁਰੂ ਕਰ ਦਿੱਤਾ ਜਦੋਂ ਜਕਰੀਆ ਖਾਨ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਜਲਾਲ ਖਾਨ ਦੇ ਅਧੀਨ ਕੁਝ ਫੌਜੀ ਭੇਜੇ ਜਿਨ੍ਹਾਂ ਨੇ ਸਿੰਘਾਂ ਨੂੰ ਹਥਿਆਰ ਸੁੱਟਣ ਲਈ ਕਿਹਾ ਪਰਣਖੀਲੇ ਯੋਧਿਆਂ ਨੇ ਰਹਿਆ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਦੁਸ਼ਮਣ ਦਾ ਡਟ ਕੇ ਮੁਕਾਬਲਾ ਕੀਤਾ ਤੇ ਅੰਤ ਦੋਵੇਂ ਜਾਣੇ ਸ਼ਹੀਦ ਹੋ ਗਏ ਇਸ ਤੋਂ ਅੱਗੇ ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ ਦੀ ਸ਼ਹੀਦੀ ਨੂੰ ਅਸੀਂ ਬੜੇ ਮਾਣ ਨਾਲ ਉਹਨਾਂ ਦੀ ਬਹਾਦਰੀ ਨੂੰ ਯਾਦ ਕਰਦੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਮੰਡਿਆਲਾ ਪਿੰਡ ਦੇ ਚੌਧਰੀ ਮੱਸਾ ਰੰਗੜ ਉਸ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰ ਦਿੱਤਾ ਸੀ ਕਬਜ਼ਾ ਕਰ ਲਿਆ ਹੋਇਆ ਸੀ ਰੋਜ਼ਾਨਾ ਗੁਰਦੁਆਰੇ ਦੇ ਵਿੱਚ ਸਾਥੀਆਂ ਨਾਲ ਮਿਲ ਕੇ ਸ਼ਰਾਬ ਪੀਂਦਾ ਨਾਚ ਦੇਖਦਾ ਜੂਆ ਖੇਡਦਾ ਸਿੱਖਾਂ ਦਾ ਖੂਨ ਖੋਲਟਿਆ ਸੀ ਕਿ ਕਿਸ ਤਰ੍ਹਾਂ ਇਸ ਤੋਂ ਬਦਲਾ ਲਿਆ ਜਾਵੇ ਤਾਂ ਉਸ ਨੂੰ ਸਬਕ ਸਿਖਾਉਣ ਲਈ ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਉਹਨਾਂ ਨੇ ਇੱਕ ਯੋਜਨਾ ਬਣਾਈ ਉਹਨਾਂ ਨੇ ਬੋਰੀਆਂ ਵਿੱਚ ਪੱਥਰ ਠਿਕਰੀਆਂ ਭਰ ਕੇ ਹਰਿਮੰਦਰ ਸਾਹਿਬ ਉਹ ਪਹੁੰਚ ਗਏ ਸੈਨਿਕਾਂ ਦੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਉਹ ਮਾਮਲਾ ਗ੍ਰਾਹ ਕੇ ਲਿਆਏ ਨੇ ਤੇ ਮੱਸਾ ਰੰਗੜ ਨੂੰ ਭੇਟ ਕਰਨਾ ਚਾਹੁੰਦੇ ਨੇ ਸਿੱਕੇ ਦੀਆਂ ਭਰੀਆਂ ਬੋਰੀਆਂ ਦੇਖ ਕੇ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲ ਗਈ ਆ ਮਸਾ ਰੰਗੜ ਰੰਗ ਰਲੀਆਂ ਦੇ ਵਿੱਚ ਮਸਤ ਸੀ ਤੇ ਪਲੰਘ ਤੇ ਬੈਠਾ ਹੋਇਆ ਸੀ ਸਿੱਕਿਆਂ ਨਾਲ ਭਰੀਆਂ ਬੋਰੀਆਂ ਦੇਖ ਕੇ ਬੜਾ ਖੁਸ਼ ਹੋਇਆ ਜਿਵੇਂ ਹੀ ਉਸਨੇ ਝੁੱਕ ਕੇ ਬੋਰੀਆਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਜਿਉਂ ਹੀ ਉਹ ਝੁਕਿਆ ਤਾਂ ਭਾਈ ਮਹਿਤਾਬ ਸਿੰਘ ਨੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਅਲੱਗ ਕੀਤਾ ਤੇ ਉਸ ਦੇ ਸਿਰ ਨੂੰ ਨੇਜੇ ਤੇ ਟੰਗ ਕੇ ਦੋਵੇਂ ਜਾਣੇ ਤਲਵਾਰਾਂ ਲਹਿਰਾਉਂਦੇ ਹੋਏ ਹਰਮੰਦਰ ਸਾਹਿਬ ਤੋਂ ਬਾਹਰ ਆ ਗਏ ਇਸ ਘਟਨਾ ਨੇ ਸਾਰੇ ਪੰਜਾਬ ਦੇ ਵਿੱਚ دہشت ਫੈਲਾ ਦਿੱਤੀ ਬਾਅਦ ਵਿੱਚ ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ ਗਿਆ ਇਸ ਤੋਂ ਅੱਗੇ ਬਾਲ ਹਕੀਕਤ ਰਾਏ ਦੀ ਸ਼ਹੀਦੀ ਬਾਲ ਹਕੀਕਤ ਰਾਏ ਜਿਹੜੇ ਸੀ ਸਿਆਲਕੋਟ ਦੇ ਰਹਿਣ ਵਾਲੇ ਸਨ ਤੇ ਉਹ ਮੁਸਲਿਮ ਸਕੂਲ ਦੇ ਵਿੱਚ ਫਾਰਸੀ ਪੜ੍ਹਦੇ ਸੀ ਇੱਕ ਦਿਨ ਕੁਝ ਮੁਸਲਮਾਨ ਮੁੰਡਿਆਂ ਨੇ ਹਿੰਦੂ ਦੇਵੀ ਦੇਵਤਿਆਂ ਦੇ ਵਿਰੁੱਧ ਅਪਮਾਨਜਨਕ ਸ਼ਬਦ ਬੋਲੇ ਮਜ਼ਾਕ ਉਡਾਇਆ ਤਾਂ ਬਾਲ ਹਕੀਕਤ رائے ਨੇ ਵੀ حضرت ਮੁਹੰਮਦ ਸਾਹਿਬ ਤੇ ਬੀਬੀ ਫਾਤਿਮਾ ਦੇ ਬਾਰੇ ਕੁਝ ਅਯੋਗ ਸ਼ਬਦ ਕਹਿ ਦਿੱਤੇ ਜਿਸ ਕਾਰਨ ਬਾਲ ਹਕੀਕਤ رائے ਨੂੰ ਗ੍ਰਿਫਤਾਰ ਕਰ ਲਿਆ ਗਿਆ ਲਾਹੌਰ ਚ ਮੁਕੱਦਮਾ ਚਲਾਇਆ ਗਿਆ ਤੇ ਮੌਤ ਦੀ ਸਜ਼ਾ ਸੁਣਾਈ ਇਸ ਸਜ਼ਾ ਤੋਂ ਬਚਣ ਲਈ ਉਹਨਾਂ ਨੂੰ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜਿਸ ਨੂੰ ਬਾਲ ਹਕੀਕਤ ਰਾਏ ਨੇ ਨਾ ਮੰਨਿਆ ਤਾਂ ਬੇਰਹਿਮੀ ਨਾਲ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਬਾਲ ਹਕੀਕਤ ਰਾਏ ਦੀ ਸ਼ਹੀਦੀ ਦਾ ਹਿੰਦੂ ਅਤੇ ਸਿੱਖਾਂ ਦੋਵਾਂ ਦੇ ਮਨ ਦੇ ਉੱਤੇ ਡੂੰਘਾ ਅਸਰ ਪਿਆ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਭਾਈ ਤਾਰੂ ਸਿੰਘ ਜੀ ਮਾਝੇ ਦੇ ਇਸ ਇਲਾਕੇ ਦੇ ਪਿੰਡ ਪੂਲਾ ਦੇ ਰਹਿਣ ਵਾਲੇ ਸੀ ਉਹ ਖੇਤੀਬਾੜੀ ਦਾ ਧੰਦਾ ਕਰਦੇ ਸੀ ਆਪਣੀ ਹੋਣ ਵਾਲੀ ਆਮਦਨ ਤੋਂ ਸਿੱਖਾਂ ਦੀ ਸਹਾਇਤਾ ਕਰਦੇ ਸੀ ਉਸ ਸਮੇਂ ਅਜਿਹਾ ਕਰਨਾ ਇੱਕ ਘੋਰ ਅਪਰਾਧ ਸੀ ਕਿਉਂਕਿ ਸਰਕਾਰੀ ਹੁਕਮ ਸਨ ਕਿ ਕੋਈ ਸਿੱਖਾਂ ਦੀ ਸਹਾਇਤਾ ਨਾ ਕਰੇ ਝੰਡਿਆਲਾ ਦੇ ਹਰ ਭਗਤ ਨਾਮੀ ਵਿਅਕਤੀ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਵਾ ਦਿੱਤਾ ਉਹਨਾਂ ਨੂੰ ਲਾਹੌਰ ਲਿਆਂਦਾ ਗਿਆ ਜਿੱਥੇ ਜ਼ਕਰੀਆ ਖਾਨ ਨੇ ਇਹ ਭਾਈ ਸਾਹਿਬ ਨੂੰ ਇਸਲਾਮ ਧਰਮ ਗ੍ਰਹਿਣ ਕਰਨ ਲਈ ਮਨਾਇਆ ਪਰ ਤੇ ਇਸ ਬਦਲੇ ਉਹਨਾਂ ਨੂੰ ਬਹੁਤ ਲਾਲਚ ਦਿੱਤੇ ਗਏ ਭਾਈ ਸਾਹਿਬ ਨੇ ਕਿਸੇ ਤਰ੍ਹਾਂ ਦੇ ਲਾਲਚ ਨੂੰ ਸਵੀਕਾਰ ਨਹੀਂ ਕੀਤਾ ਤੇ ਇਸਲਾਮ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਭਾਈ ਸਾਹਿਬ ਦੇ ਵਾਲ ਕੱਟਣ ਦਾ ਹੁਕਮ ਹੋਇਆ ਤਾਂ ਭਾਈ ਸਾਹਿਬ ਨੇ ਕਿਹਾ ਕਿ ਉਹ ਵਾਲ ਨਹੀਂ ਆਪਣੀ ਖੋਪਰੀ ਤਲਹਾ ਸਕਦੇ ਨੇ ਕਿ ਵਾਲ ਨਹੀਂ ਕਟਵਾ ਸਕਦੇ ਭਾਈ ਸਾਹਿਬ ਨੂੰ ਜਕਰੀਆ ਖਾਨੇ ਹੁਕਮ ਦਿੱਤਾ ਕਿ ਜਲਾਦਾ ਨੂੰ ਹੁਕਮ ਦਿੱਤਾ ਕਿ ਇਹਨਾਂ ਦੀ ਖੋਪਰੀ ਉਤਾਰ ਦਿੱਤੀ ਜਾਵੇ ਭਾਈ ਸਾਹਿਬ ਨੇ ਬੜੀ ਸ਼ਾਂਤੀ ਦੇ ਨਾਲ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ ਜਲਾਦਾ ਨੇ ਉਹਨਾਂ ਦੀ ਖੋਪਰੀ ਉਤਾਰ ਦਿੱਤੀ ਭਾਈ ਸਾਹਿਬ ਦਾ ਪੂਰਾ ਸਰੀਰ ਲਹੂ ਲਹਾਨ ਹੋ ਗਿਆ ਸੀ ਪਰ ਉਹ ਸਦਕਤੋਂ ਨਾ ਡੋਲੇ ਤੇ ਇਸ ਤੋਂ ਬਾਅਦ 22 ਦਿਨ ਤੱਕ ਉਹ ਜਿਉਂਦੇ ਰਹੇ ਉਧਰ ਭਾਈ ਸਾਹਿਬ ਦੀ ਖੋਪਰੀ ਉਤਾਰਨ ਤੋਂ ਬਾਅਦ ਉਸੇ ਸਮੇਂ ਜਕਰਿਆ ਖਾਂ ਦੀ ਤਬੀਅਤ ਵੀ ਖਰਾਬ ਹੋ ਗਈ ਤੇ ਦਿਨੋਂ ਦਿਨ ਉਸ ਦੀ ਹਾਲਤ ਖਰਾਬ ਹੁੰਦੀ ਗਈ ਉਹ ਮੱਛੀ ਵਾਂਗ ਤੜਫਣ ਲੱਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਿਆ ਤੇ ਉਸ ਨੇ ਜਕਰਿਆ ਖਾਨ ਨੇ ਭਾਈ ਸਾਹਿਬ ਤੋਂ ਆਪਣੀ ਗਲਤੀ ਦੀ ਮਾਫੀ ਵੀ ਮੰਗੀ ਤਾਂ ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਤੇਰੇ ਨਾਲ ਕੋਈ ਗੁੱਸਾ ਨਹੀਂ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਜਕਰੀਆ ਖਾਂ ਦੀ 1 ਜੁਲਾਈ 1745 ਈਸਵੀ ਨੂੰ ਜਕਰੀਆ ਖਾਂ ਦੀ ਮੌਤ ਹੋ ਗਈ। ਭਾਈ ਸਾਹਿਬ ਨੂੰ ਜਦੋਂ ਜਕਰੀਆ ਖਾਂ ਦੀ ਮੌਤ ਦੀ ਖਬਰ ਮਿਲੀ ਉਸ ਤੋਂ ਬਾਅਦ ਭਾਈ ਸਾਹਿਬ ਨੇ ਵੀ ਸਵਾਸ त्याग ਦਿੱਤੇ। ਜਕਰੀਆ ਖਾਂ ਨੇ ਭਾਵੇਂ ਸਿੱਖਾਂ ਨੂੰ ਖਤਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਕੋਹਰਾ ਅਤਿਆਚਾਰ ਕੀਤੇ। 10000 ਤੋਂ ਵੱਧ ਸਿੱਖਾਂ ਨੂੰ ਉਸਨੇ ਸ਼ਹੀਦ ਕੀਤਾ ਇਸ ਦੇ ਬਾਵਜੂਦ ਉਹ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦੇ ਵਿੱਚ ਅਸਫਲ ਰਿਹਾ ਸਿੱਖਾਂ ਨੇ ਜਕਰੀਆ ਖਾਨ ਨੂੰ ਉਸ ਦੇ ਅੰਤ ਤੱਕ ਕਦੇ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਪਿਆਰੇ ਵਿਦਿਆਰਥੀਓ ਅੱਜ ਅਸੀਂ ਤੁਹਾਡੇ ਲੈਸਨ ਅਬਦੁੱਸ ਸਮਦਖਾਂ ਜਕਰੀਆ ਖਾਂ ਅਤੇ ਮੀਰ ਮੰਨੂ ਉਹਨਾਂ ਦੇ ਸਿੱਖਾਂ ਨਾਲ ਸੰਬੰਧ ਉਹਦਾ ਪਹਿਲਾ ਭਾਗ ਕੀਤਾ ਜਿਸ ਦੇ ਵਿੱਚ ਅਸੀਂ ਅਬਦੁੱਸ ਸਮਦਖਾਂ ਅਤੇ ਜਕਰੀਆ ਖਾਂ ਬਾਰੇ ਪੜਿਆ ਆਓ ਅਸੀਂ ਹੁਣ ਕੁਝ ਇੰਪੋਰਟੈਂਟ ਪ੍ਰਸ਼ਨ ਕਰਦੇ ਹਾਂ ਸਭ ਤੋਂ ਪਹਿਲਾਂ ਅਬਦੁੱਸ ਸਮਦਖਾਂ ਦਾ ਸ਼ਾਸਨ ਕਾਲ ਦੱਸੋ ਅਸੀਂ ਦੱਸਣਾ ਕਿ ਉਹ ਕਿੰਨੀ ਦੇਰ ਤੱਕ ਲਾਹੌਰ ਦਾ ਸੁਬੇਦਾਰ ਆ ਰਿਹਾ ਇਹ ਸਮਾਂ ਬੇਟਾ 1713 ਤੋਂ 26 ਈਸਵੀ ਦੂਸਰਾ ਬੰਦਾ ਸਿੰਘ ਬਹਾਦਰ ਨੂੰ ਕਦੋਂ ਅਤੇ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਸ ਦਾ ਜਵਾਬ ਆ ਕਿ ਬੰਦਾ ਸਿੰਘ ਬਹਾਦਰ ਨੂੰ 1715 ਈਸਵੀ ਵਿੱਚ ਗੁਰਦਾਸ ਨੰਗਲ ਤੋਂ ਗ੍ਰਿਫਤਾਰ ਕੀਤਾ ਗਿਆ ਅਗਲਾ ਪ੍ਰਸ਼ਨ ਫੋਟ ਤੋਂ ਬਾਅਦ ਸਿੱਖਾਂ ਦੇ ਕਿਹੜੇ ਦੋ ਧਲ ਬਣੇ ਇਹ ਨੇ ਬੰਦਾਈ ਖਾਲਸਾ ਅਤੇ ਤਤ ਖਾਲਸਾ ਅਗਲਾ ਪ੍ਰਸ਼ਨ ਬੰਦਾਈ ਖਾਲਸਾ ਵਾਲੇ ਆਪਣਾ ਆਗੂ ਕਿਸ ਨੂੰ ਮੰਨਦੇ ਸਨ ਬੰਦਾ ਸਿੰਘ ਬਹਾਦਰ ਨੂੰ ਜਕਰੀਆ ਖਾਨ ਦਾ ਸ਼ਾਸਨ ਕਾਲ ਦੱਸਣਾ ਤੁਸੀਂ ਇਹ ਹੈ 1726 ਤੋਂ 45 ਈ ਸਿੱਖਾਂ ਦਾ ਜਕਰੀਆ ਖਾਨ ਨਾਲ ਸਮਝੌਤਾ ਕਦੋਂ ਹੋਇਆ ਸੀ 1733 ਈ ਭਾਈ ਮਨੀ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ 1738 ਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਇਹ ਕਿਸ ਨੂੰ ਮਾਰਿਆ ਸੀ ਸੁੱਖਾ ਸਿੰਘ ਅਤੇ ਮਹਤਾਬ ਸਿੰਘ ਨੇ ਮੰਡਿਆਲੇ ਪਿੰਡ ਦਾ ਚੌਧਰੀ ਸੀ ਮੱਸਾ ਰੰਗੜ ਜਿਸ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਸੀ ਇਸ ਲਈ ਉਸ ਨੂੰ ਸਬਕ ਸਿਖਾਇਆ ਸੁੱਖਾ ਸਿੰਘ ਤੇ ਮਹਤਾਬ ਸਿੰਘ ਨੇ ਅਤੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਵਿਦਿਆਰਥੀਓ ਇੱਥੋਂ ਤੱਕ ਉਮੀਦ ਹੈ ਤੁਹਾਨੂੰ ਲੈਸਨ ਦਾ ਪਹਿਲਾ ਭਾਗ ਸਮਝ ਆ ਗਿਆ ਹੋਵੇਗਾ ਅਗਲੇ ਭਾਗ ਦੇ ਵਿੱਚ ਅਸੀਂ ਜਾਈਆਖਾਂ ਸ਼ਾਨਵਾਜਖਾਂ ਅਤੇ ਮੀਰ ਮੰਨੂ ਬਾਰੇ ਪੜਾਂਗੇ ਧੰਨਵਾਦ